16/9/2018 ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੋਣਾ ਇੱਕ ਗੁਰੂ ਬਾਜ਼ਾਰ ਦੇ ਵਿੱਚ ਕਾਫੀ ਵੱਡੀ ਲੁੱਟ ਹੋਈ ਸੀ ਸੋਨੇ ਦੀ ਜਿਸ ਸੰਬੰਧੀ ਜਿਹੜਾ ਜਦੋਂ ਸ਼ੁਭਮ ਨੂੰ ਬਟਾਲਾ ਪੁਲਿਸ ਨੇ ਅਰੈਸਟ ਕੀਤਾ ਸੀਗਾ ਉਸ ਤੋਂ ਬਾਅਦ ਦੇ ਵਿੱਚ ਪਿਛਲੇ ਹਫਤੇ ਜਿਹੜਾ ਸ਼ੁਭਮ ਨੂੰ ਪ੍ਰੋਡਕਸ਼ਨ ਵਨ ਤੇ ਲਿਆ ਕੇ ਉਹਦੀ ਸਾਰੀ ਪੁੱਛਗਿੱਛ ਕੀਤੀ ਗਈ ਸੀ ਜਿਸ ਤੋਂ ਇਹ ਸਾਰੇ ਕੇਸ ਦੇ ਜਿਹੜੇ ਆ ਕੜੀਆਂ ਜਿਹੜੀਆਂ ਸੀਗੀਆਂ ਉਹ ਖੁੱਲੀਆਂ ਸੀਗੀਆਂ ਜਿਸ ਦੇ ਵਿੱਚ ਇਹ ਪਤਾ ਲੱਗਿਆ ਵੀ ਇਹਨਾਂ ਦੇ ਸ਼ੁਭਮ ਦੇ ਨਾਲ ਨਾਲ ਹਰਿੰਦਰ ਮਨੂ ਅੰਗਰੇਜ਼ ਮਸਤੀ ਕਰਨ ਮਸਤੀ ਰਵੀ ਬਲਾਚੌਰੀਆ ਅਰੁਣ ਸ਼ੁਰੀਮਾਰ ਇਹ ਲੜਕੇ ਜਿਹੜੇ ਸੀਗੇ ਇਹਨਾਂ ਨੇ 6 ਜਣਿਆਂ ਨੇ ਇਕੱਠੇ ਹੋ ਕੇ ਪਲੈਨਿੰਗ ਬਣਾ ਕੇ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਔਰ ਇਹ ਅੰਜਾਮ ਦੇਣ ਤੋਂ ਬਾਅਦ ਇਹਨਾਂ ਨੇ ਪਹਿਲੀ ਰਾਤ ਜਿਹੜੀ ਹੈ ਕਾਲੇ ਅਫਗਾਨੇ ਦੇ ਪਿੰਡ ਰੋਬਿਨ ਲੜਕਾ ਸੀਗਾ ਜਿਹੜਾ ਉਹਦੇ ਘਰੇ ਰਹੇ ਸੀਗੇ ਜੋ ਇਸ ਨੂੰ ਉਹਨੇ ਇਸ ਦੇ ਵਿੱਚ 3 ਜਾਂ 4 ਚੇਨੀਆਂ ਜਿਹੜੀਆਂ ਉਹਨੂੰ ਦਿੱਤੀਆਂ ਸੀਗੀਆਂ ਔਰ ਉਸ ਤੋਂ ਨੈਕਸਟ ਡੇ ਜਿਹੜਾ ਇਹ ਇੱਕ ਲੜਕਾ ਸੀ ਫੜਿਆ ਲੱਕੀ ਗਗਨ ਇਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਆ ਸ਼ਾਮ 84 ਦਾ ਉੱਥੋਂ ਦਾ ਰਹਿਣ ਵਾਲਾ ਆ ਔਰ ਇਹਦੇ ਇਹਨੂੰ ਵੀ ਉਹਨਾਂ ਨੇ ਇੱਕ ਚੇਨ ਜਿਹੜੀ ਆ ਉਹ ਦਿੱਤੀ ਸੀਗੀ ਜੋ ਇਹ ਸਾਰੀ ਪੁਲਿਸ ਨੇ ਜਿਹੜੀ ਇਹਦੀ ਇਹਨਾਂ ਕੋਲੋਂ ਬਰਾਮਦਗੀ ਕਰ ਲਈ ਹੈ ਜੋ ਰੋਬਿਨ ਹੈ ਉਹ ਅਜੇ ਤੱਕ ਸਾਡੇ ਕਾਬੂ ਨਹੀਂ ਆਇਆ ਔਰ ਉਸ ਤੋਂ ਉਪਰੰਤ ਜਿਹੜਾ ਇਹਨੇ ਸ਼ੁਭਮ ਨੇ ਜਿਹੜਾ ਆਪਸ ਦੇ ਵਿੱਚ ਜਦੋਂ ਸੋਨਾ ਵੰਡਿਆ ਸੀਗਾ ਇਹਨਾਂ ਦੇ ਹਿੱਸੇ 1.5 ਕਿਲੋ ਆਇਆ ਸੀਗਾ 6 ਜਣਿਆਂ ਦੇ ਔਰ ਵਿੱਚੋਂ ਰਵੀ ਬਲਾਚੌਰੀਆ ਜਿਹੜਾ ਉਹਦੇ ਕੋਲ 800 ਗ੍ਰਾਮ ਜਿਹੜਾ ਸੋਨਾ ਉਹ ਆਇਆ ਸੀਗਾ ਸੋ ਜਿਹੜਾ ਇਹਨੇ ਆਪਣਾ 1.5 ਕਿਲੋ ਸੋਨਾ ਸੀਗਾ ਉਹਦੇ ਵਿੱਚੋਂ 600-700 ਗ੍ਰਾਮ ਦੇ ਕਰੀਬ ਇਹਨੇ ਮੈਲਟ ਕਰਾ ਕੇ ਉਹਦੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹਦੇ ਆ ਪੀਸ ਜੇ ਬਣਵਾ ਕੇ ਇਹਨੇ ਰਖਵਾਲੇ ਸੀਗੇ ਜੋ 400 ਗ੍ਰਾਮ ਦੇ ਕਰੀਬ ਬਣੇ ਸੀਗੇ 700-800 ਗ੍ਰਾਮ ਦੇ ਔਰ ਬਾਕੀ ਜਿਹੜਾ ਸੋਨਾ ਸੀਗਾ ਇਹਨੇ ਰਾਏਪੁਰ ਦੇ ਇੱਕ ਗੋਰੇ ਨਾਂ ਦਾ ਬੰਦਾ ਰਾਏਪੁਰ ਛੱਤੀਸਗੜ੍ਹ ਦੇ ਵਿੱਚ ਉਹਨੂੰ ਵੇਚ ਕੇ ਇੱਕ 9 mm ਦਾ ਪਿਸਟਲ ਇੱਕ ਪੰਪ ਐਕਸ਼ਨ ਰਾਈਫਲ ਇੱਕ ਬੁਲਟ ਪਰੂਫ ਜੈਕਟ ਜਿਹੜੀ ਆ ਔਰ ਇਹ ਉਹਨੇ ਉਹਦੇ ਕੋਲੋਂ ਖਰੀਦੀ ਸੀਗੀ ਜੋ ਕਿ ਇਹਨੇ ਟੋਟਲ 12 ਲੱਖ ਰੁਪਈਏ ਵਿੱਚ ਖਰੀਦੀ ਸੀ ਜੋ ਅਸੀਂ ਜਿਹੜਾ ਰਾਏਪੁਰ ਵਾਲਾ ਗੋਰਾ ਆ ਜਿਹੜਾ ਉਹਨੂੰ ਵੀ ਅਸੀਂ ਨਾਮਜ਼ਦ ਕਰ ਲਿਆ ਔਰ ਉਹਦਾ ਵੀ ਪੂਰਾ ਐਡਰੈਸ ਵਗੈਰਾ ਲੈ ਕੇ ਉਹ ਪਤਾ ਲੱਗਿਆ ਪਿੱਛੋਂ ਭਿੱਖੀਵਿੰਡ ਦਾ ਰਹਿਣ ਵਾਲਾ ਅਸੀਂ ਜਲਦੀ ਗ੍ਰਿਫਤਾਰ ਕਰਕੇ ਜਿਹੜਾ ਬਾਕੀ ਦੀ ਰਿਕਵਰੀ ਵੀ ਅਸੀਂ ਕਰਾਵਾਂਗੇ।